ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੰਦੀਪ ਚੌਧਰੀ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵੈਬ ਨਿਊਜ਼ ਚੈਨਲ ਨਿਊਜ਼ 89। ਅਸੀਂ ਹੁਣ ਇਸ ਵੇਲੇ ਖੜ੍ਹੇ ਹਾਂ ਲੋਕ ਸਭਾ ਪਟਿਆਲਾ ਦੇ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਦੇ ਦਫ਼ਤਰ ਦੇ ਵਿੱਚ, ਜਿੱਥੇ ਅੱਜ ਪੁਰਾਣੇ ਅਕਾਲੀ ਦਲ ਦੇ ਆਗੂ ਸਾਡੇ ਨਾਲ ਮੌਜੂਦ ਹੈ। ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਕਿੰਨਾ ਕੁ ਉਤਸ਼ਾਹ ਹੈਗਾ ਇਹਨਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੁਰਜੀਤ ਸਿੰਘ ਰੱਖੜਾ ਨੂੰ ਉਹਨਾਂ ਨੂੰ ਜਿਤਾਉਣ 'ਚ। ਆਪਾਂ ਗੱਲ ਕਰਦੇ ਹਾਂ ਪੁਰਾਣੇ ਆਗੂ ਜਿਹੜੇ ਸਾਡੇ ਨਾਲ ਖੜ੍ਹੇ ਆ, ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਕਿ ਅੱਜ ਜੋ ਲੋਕ ਸਭਾ ਪਟਿਆਲਾ ਦੀ ਚੋਣ ਅਤੇ ਪੰਜਾਬ ਦੀ ਜੋ ਚੋਣ ਜੋ ਹੈ 19 ਤਾਰੀਖ ਨੂੰ ਵੋਟਾਂ ਪੈਣ ਜਾ ਰਹੀਆਂ ਨੇ, ਉਸਦਾ ਜੋ ਚੋਣ ਸਿਖਰਾਂ ਉੱਤੇ ਪਹੁੰਚ ਚੁੱਕੀ ਹੈ ਔਰ ਟਕਸਾਲੀ ਆਗੂ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਜੇਲ੍ਹਾਂ ਵਿੱਚ ਜਾ ਕੇ ਔਰ ਇਸ ਪੰਜਾਬੀ ਸੂਬਾ ਬਣਾ ਕੇ ਅੱਜ ਪੰਜਾਬ ਦੀ ਜੋ ਤਰੱਕੀ ਹੈ ਸਾਡੀ ਇਹ ਸੋਚ ਹੈ। ਅਸੀਂ ਸਮਝਦੇ ਹਾਂ ਪਿਛਲੇ 2 ਸਾਲਾਂ ਵਿੱਚ ਜੋ ਕਾਂਗਰਸ ਦਾ ਰਾਜ ਪੰਜਾਬ ਦੇ ਵਿੱਚ ਆਇਆ, ਜਿਨ੍ਹਾਂ ਨੇ ਝੂਠ ਬੋਲ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਔਰ ਗੁਟਕੇ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਜੋ ਬਹੁਤ ਵੱਡਾ ਧੋਖਾ ਕੀਤਾ ਹੈ, ਅੱਜ ਅਸੀਂ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਅੱਜ ਤੁਹਾਡੇ ਕੋਲ ਮੌਕਾ ਹੈ ਕਿ 19 ਮਈ ਨੂੰ ਜਿਹੜੀਆਂ ਇਹ ਚੋਣਾਂ ਹੋਣ ਜਾ ਰਹੀਆਂ ਨੇ ਉਸ ਵਿੱਚ ਇਸ ਕਾਂਗਰਸ ਰਾਜ ਨੂੰ ਮੂੰਹ ਤੋੜ ਕੇ ਜਵਾਬ ਦਿਓ, ਆਪਣੀਆਂ ਵੋਟਾਂ ਰਾਹੀਂ ਇਹਨਾਂ ਨੂੰ ਹਾਰ ਦੇ ਕਰਕੇ ਤਾਂ ਕਿ ਮਹਿਸੂਸ ਹੋ ਸਕੇ ਇਹਨਾਂ ਨੂੰ ਕਿ ਅਸੀਂ ਜੋ ਆਪਣੇ ਰਾਜ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸਨ ਉਸ ਨੂੰ ਪੂਰਾ ਨਹੀਂ ਕੀਤਾ। ਦੋਸਤੋ, ਸਾਡੇ ਨਾਲ ਹੋਰ ਵੀ ਜਿਹੜੇ ਹੈਗੇ ਪੁਰਾਣੇ ਅਕਾਲੀ ਆਗੂ ਮੌਜੂਦ ਹੈ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਕੀ ਕਹਿਣਾ ਚਾਹੋਗੇ? ਅੱਜ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੇ ਲਈ ਸਾਡੇ ਬਹੁਤ ਹੀ ਪੁਰਾਣੇ ਟਕਸਾਲੀ ਅਕਾਲੀ ਆਗੂ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਜਿਨ੍ਹਾਂ ਵਿੱਚ ਜਥੇਦਾਰ ਮਹਿੰਦਰ ਸਿੰਘ ਜੀ ਖਾਨਪੁਰ ਸਾਹਿਬ, ਜਥੇਦਾਰ ਧਿਆਨ ਸਿੰਘ ਜੀ ਸ਼ਹਿਦਖੇੜੀ ਸਾਹਿਬ, ਜਥੇਦਾਰ ਕਰਮ ਸਿੰਘ ਜੀ ਅਤੇ ਸਾਹਿਬ ਉਜਾਗਰ ਸਿੰਘ ਜੀ ਸਾਡੇ MC ਨੇ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇੱਥੇ ਪਹੁੰਚੇ ਹੋਏ ਨੇ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਪੁਰਾਣੇ ਅਕਾਲੀ ਆਗੂ ਅੱਜ ਵੀ ਘਰ ਨਹੀਂ ਬੈਠੇ, ਉਹ ਵੋਟਰਾਂ ਕੋਲ ਜਾ ਕੇ ਸੰਪਰਕ ਕਰ ਰਹੇ ਨੇ, ਘਰ ਘਰ ਜਾ ਰਹੇ ਨੇ, ਦਫ਼ਤਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ। ਔਰ ਅੱਜ ਇਹ ਗੱਲ ਯਕੀਨੀ ਹੈ ਕਿ ਸਾਹਿਬ ਸੁਰਜੀਤ ਸਿੰਘ ਰੱਖੜਾ ਦੀ ਪਟਿਆਲਾ ਦੇ ਵਿੱਚੋਂ ਜਿੱਤ ਜੋ ਹੈ ਲੋਕ ਸਭਾ ਹਲਕੇ ਤੋਂ ਯਕੀਨੀ ਹੈ, ਖਾਸ ਕਰਕੇ ਰਾਜਪੁਰਾ ਦੇ ਵਿੱਚੋਂ, ਕਿਉਂਕਿ ਰਾਜਪੁਰਾ ਦੇ ਜੋ ਹਾਲਾਤ ਨੇ ਉਹ ਬੜੇ ਮਾੜੇ ਕਾਂਗਰਸ ਨੇ ਕਰਕੇ ਰੱਖ ਦਿੱਤੇ ਨੇ, ਨਜਾਇਜ਼ ਕਬਜ਼ੇ, ਗੁੰਡਾਗਰਦੀ, ਸਾਰਾ ਕੁਝ ਹੋ ਰਿਹਾ। ਇਸ ਲਈ ਲੋਕ ਪਰੇਸ਼ਾਨ ਨੇ ਕਾਂਗਰਸ ਤੋਂ ਔਰ ਮਨ ਬਣਾਈ ਬੈਠੇ ਨੇ ਕਿ ਕਦੋਂ 19 ਤਰੀਕ ਆਵੇ ਔਰ ਹਰਦਿਆਲ ਸਿੰਘ ਕੰਬੋਜ ਦੀ ਧੱਕੇਸ਼ਾਹੀਆਂ ਦਾ ਮੂੰਹ ਤੋੜਵਾ ਜੋ ਜਵਾਬ ਹੈ ਉਹ ਅਸੀਂ ਦੇਈਏ। ਗੜੀ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਕਾਲੀ ਦਲ ਭਾਜਪਾ ਦੀ ਕੋਈ ਸਾਂਝੀ ਰੈਲੀ ਵੀ ਹੋਣ ਜਾ ਰਹੀ ਹੈ ਰਾਜਪੁਰਾ ਦੀ ਇਲਾਕੇ 'ਚ? ਦੇਖੋ, ਇਹ ਵੱਖਰੇ ਵੱਖਰੇ ਤੌਰ 'ਤੇ ਅਸੀਂ ਨੁੱਕੜ ਮੀਟਿੰਗਾਂ ਕਰ ਰਹੇ ਹਾਂ, ਘਰ ਘਰ ਜਾ ਕੇ ਲੋਕਾਂ ਨੂੰ ਪ੍ਰੇਰ ਰਹੇ ਹਾਂ, ਛੋਟੀਆਂ ਮੀਟਿੰਗਾਂ ਪਿੰਡ ਪਿੰਡ ਜਾ ਕੇ ਕਰ ਰਹੇ ਹਾਂ, ਲੋਕਾਂ ਦਾ ਬੜਾ ਵੱਡਾ ਹੁੰਗਾਰਾ ਮਿਲ ਰਿਹਾ। ਅਤੇ ਰੈਲੀ ਵਾਸਤੇ ਕੋਈ ਵੱਡੇ ਆਗੂਆਂ ਨੂੰ ਪਤਾ ਹੋ ਸਕਦਾ ਕੀ ਹੈ, ਪਰ ਅਸੀਂ ਆਪਣੀ ਜੋ ਜ਼ਿੰਮੇਵਾਰੀ ਹੈ ਉਹ ਰਾਤ ਦਿਨ ਇਹ ਕਰਕੇ ਨਿਭਾ ਰਹੇ ਹਾਂ, ਲੋਕਾਂ ਦਾ ਬਹੁਤ ਵੱਡਾ ਸਮਰਥਨ ਹੈ ਸਾਨੂੰ। ਸਾਡੇ ਨਾਲ ਮੌਜੂਦ ਹੈ ਅਕਾਲੀ ਦਲ ਤੋਂ ਕਈ ਵਾਰ ਪਾਰਸ਼ਦ ਰਹਿ ਚੁੱਕੇ, ਜਦ ਕਾਂਗਰਸ ਦੀ ਸਰਕਾਰ ਹੁੰਦੀ ਸੀ ਜਦ ਵੀ ਇੱਕ ਦੀ ਅੱਜ ਤੱਕ ਅਕਾਲੀ ਦਲ ਦੀ ਸੀਟ ਤੋਂ ਚੋਣ ਨਹੀਂ ਹਾਰੇ, ਜਸਵੀਰ ਸਿੰਘ ਜੱਸੀ ਜੀ, ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਇਹਨਾਂ ਦੇ ਇਲਾਕੇ ਵਿੱਚ ਕਿਹੋ ਜਿਹਾ ਉਤਸ਼ਾਹ ਹੈਗਾ, ਕਿਹੋ ਜਿਹਾ ਉਤਸ਼ਾਹ ਹੈ ਜੀ ਤੁਹਾਡੇ ਇਲਾਕੇ 'ਚ? ਸਾਡਾ ਇਲਾਕਾ ਪੁਰਾਣਾ ਰਾਜਪੁਰਾ, ਖਾਸ ਕਰਕੇ ਅੱਜ ਜੋ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਮਿਲ ਰਿਹਾ। ਸਰਦਾਰ ਸੁਰਜੀਤ ਸਿੰਘ ਰੱਖੜਾ ਭਾਰੀ ਬਹੁਮਤ ਨਾਲ ਜਿੱਤ ਰਹੇ ਨੇ ਅਤੇ ਨਾਲ ਹੀ ਪ੍ਰਨੀਤ ਕੌਰ, ਭਾਵੇਂ ਉਹ 3 ਵਾਰੀ ਪਹਿਲਾਂ ਵੀ MP ਰਹੇ ਨੇ, ਲੋਕਾਂ ਉਹਨਾਂ ਦੇ ਕਿਰਦਾਰ ਬਾਰੇ ਲੋਕ ਜਾਣਦੇ ਨੇ, ਕਦੇ ਉਹ ਦੁੱਖ ਸੁੱਖ 'ਚ ਨਹੀਂ ਖੜ੍ਹੇ, ਪਰ ਅਕਾਲੀ ਦਲ ਦੇ ਹਮੇਸ਼ਾ ਹੀ ਭਾਵੇਂ ਕੋਈ ਆਗੂ ਆਵੇ, ਭਾਵੇਂ ਜਿਹੜੇ ਇੱਥੋਂ ਦੇ ਲੋਕ ਆਗੂ ਨੇ, ਉਹ ਸਾਰੇ ਲੋਕਾਂ ਦੇ ਦੁੱਖ ਸੁੱਖ 'ਚ ਖੜ੍ਹਦੇ ਨੇ। ਇਸ ਕਰਕੇ ਜਿਹੜਾ ਲੋਕਾਂ ਦਾ ਉਤਸ਼ਾਹ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਹੈ। ਜਿਵੇਂ ਕਿ ਆਪਾਂ ਰੱਖੜਾ ਜੀ ਦੇ ਦਫ਼ਤਰ ਦੇ ਵਿੱਚ ਰਾਜਪੁਰੇ ਖੜ੍ਹੇ ਹਾਂ ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ 'ਚ ਕਾਫੀ ਉਤਸ਼ਾਹ ਹੈਗੇ, ਪੁਰਾਣੇ ਅਕਾਲੀ ਆਗੂ ਵੀ ਉਰੇ ਮੌਜੂਦ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਸੁਰਜੀਤ ਸਿੰਘ ਰੱਖੜਾ ਨੂੰ ਕਾਫੀ ਉਤਸ਼ਾਹ ਕਰਕੇ ਲੋਕ ਵੋਟਾਂ ਪਾਉਣਗੇ। ਰਾਜਪੁਰਾ ਤੋਂ ਸੰਦੀਪ ਚੌਧਰੀ, ਨਿਊਜ਼ 89। सब्सक्राइब करें न्यूज 89 वेब चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद।